ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡ ਵਾਲਾ ਜੱਟ ਚੈਨਲ 'ਤੇ ਸਵਾਗਤ ਕਰਦੇ ਜੀ। ਆਸ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਵਧੀਆ ਗੱਲ ਹੈ, ਹੁਣੇ ਵੀ ਚਾਹੀਦੇ ਹੋ। ਕਰਦੇ ਆਪਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ। ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਜੀ। ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ, ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਵੀਡੀਓ ਨੋਟ ਤਾਂ ਜ਼ਰੂਰ ਦੇਖਿਆ ਕਰੋ ਜੀ। ਕਰਦੇ ਆਪਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ। ਆ ਜਾਓ ਫਿਰ, ਬਣੇ ਰਹੋ ਵੀਡੀਓ ਨਾਲ ਐਂਡ ਤੱਕ ਜੀ। ਆ ਜਾਓ ਲਿਓ ਜੀ। ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਕਹਿੰਦੇ ਵੀ ਮੀਂਹ ਬਹੁਤ ਪੈ ਰਿਹਾ, ਸਵੇਰ ਦਾ 5:30 ਵਜੇ ਦਾ ਸਵੇਰ ਹੋ ਗਈ ਅਤੇ ਆਪਾਂ ਲੱਗਿਆ ਵੀ ਚਾਹ ਪੀਣ ਭਾਈ। ਵਾਹ ਜੀ ਵਾਹ, ਮੀਂਹ ਫੁੱਲ ਪੈ ਗਿਆ ਭਾਈ, ਨਜ਼ਾਰੇ ਆ ਗਏ। ਕਹਿੰਦੇ ਮੌਸਮ ਵੀ ਠੰਡਾ ਹੋ ਜੂਗਾ ਹੁਣ, ਸ਼ਿਆਹ ਨਾਲ ਬਰਫ਼ੀ ਸਵੇਰੇ ਸਵੇਰੇ ਕਹਿੰਦੇ ਖੋਏ ਵਾਲੀ। ਅੱਛਾ ਚਲੋ ਭਾਈ, ਆ ਜਾਓ ਬਈ, ਇਹਨੇ ਖਾਣੀ ਆ। ਲਾਏ ਮਿੱਤਰਾ ਛੱਕ ਦਿੰਦਾ ਮੈਨੂੰ। ਵਾਹਿਗੁਰੂ, ਚਾਹ ਵਿੱਚ ਬਰਫ਼ੀ ਮਿੱਠੀ ਹੈ। ਹਾਂਜੀ, ਅੱਛਾ ਜੀ, ਲੈ ਵੀ ਕਹਿੰਦੇ ਲੈ ਜੀ ਫੜ ਆ ਗਿਆ। ਕਹਿੰਦੇ ਵੀ ਸਮਾਨ ਮੰਗਾਇਆ ਜੀ, ਕਹਿੰਦੇ ਵੀ ਆਰਡਰ ਕਰਾਈ ਸਮਾਨ, ਠੀਕ ਹੈ ਆਹ ਮੰਗਾਇਆ ਆਪਾਂ ਨੇ, ਖੁੱਲ੍ਹੇ ਦੇ ਦੇ ਥੋੜ੍ਹਾ ਮੋਟਾ ਕੀ ਸਮਾਨ। ਮੰਤਰੀ ਸਾਹਿਬ ਆ ਗਏ ਨੇ, ਖਾਲੀ ਵੀਰੇ ਰੋਟੀ ਯਾਰ, ਥੋੜੀ ਪਹਿਲਾਂ ਤੇਲ ਮੰਗਾਇਆ ਮੁੱਛਾਂ ਵਾਸਤੇ, ਸਪੈਸ਼ਲ ਆਰਡਰ ਕਰਿਆ ਗਿੱਠਾ ਨਵੇਂ ਯਾਰ ਥੋੜੀਆਂ। ਲੇਟ ਹੋ ਗਿਆ, ਲੇਟ ਹੋ ਗਿਆ, ਲੇਟ ਤਾਂ ਇੱਥੇ ਕਰਿਆ ਮੈਂ ਤਾਂ 9 ਵਜੇ ਆ ਰਿਹਾ ਤਾਂ। ਹੁਣ ਕਿੱਥੇ ਖੜ ਗਿਆ ਤਾਂ? ਘਰਾਂ ਹੀ ਤਾਂ ਬਸ ਫਿਰ ਚਾਹ ਪੀ ਪੀਣ ਲੱਗਿਆ ਹੁਣ ਮੈਂ। ਚਾਹ ਬਣਾ ਲਿਆ ਕੁੱਟ ਕੁੱਟਾ? ਨਾ ਨਾ ਹੋਰ ਪੀਣੀ, ਪੀ ਕੇ ਆਇਆ ਚਾਹ ਪੀ ਮੈਂ ਆ ਤੂੰ ਤਾਂ ਅਜੇ ਟਾਈਮ ਨਹੀਂ ਹੋਇਆ। ਇਹ ਕੀ ਮੰਗਾਈ ਯਾਰ ਤੂੰ? ਯਾਰ ਤੇਲ ਦਾ ਮੰਗਾਇਆ ਸੀ ਭਜਾਈ ਨੇ ਮੁੱਛਾਂ ਵਾਸਤੇ। ਮੁੱਛਾਂ ਕੀ ਹੋ ਗਿਆ? ਮੁੱਛਾਂ ਹੋਰ ਬੜੀਆਂ ਕਰਨੀਆਂ ਕਿਤੇ ਕਿਲਾ। ਕਾਜੂ ਬਦਾਮ ਵਾਸਤੇ ਫਾਸਟ ਕਰਦੇ ਆ ਨਾ।
ਟੀਕਾ ਲਵਾਇਆ ਉੱਥੇ ਭੁੱਲ ਗਏ ਜੀ ਆਹ ਪਿੰਡ ਹੈ ਪਿੱਛੇ ਮੂੰਗਾ ਟਿੱਬੀ ਤੇ ਆਹ ਰਸਤਾ ਏ ਇੱਥੇ ਆ ਜਾਂਦਾ ਉੱਥੇ ਭੁੱਲ ਗਏ ਥੋੜ੍ਹਾ ਰਸ਼ ਜ਼ਿਆਦਾ ਸੀ ਅੰਦਰ ਬਣਾ ਨਹੀਂ ਦਿੰਦੇ ਨਾ ਵੀਡੀਓ ਤਾਂ ਕਰਕੇ ਰੋਕਦੇ ਨੇ ਕਹਿੰਦੇ ਵੀ ਅੰਦਰ ਬਣੀ ਵੀਡੀਓ ਨਹੀਂ ਬਣਾਉਣੀ ਆਹ ਲਾਸਟ ਪਿੰਡ ਦੱਸਦੇ ਹਾਂ ਕਿ ਕਿੱਥੋਂ ਮੁੜਦਾ ਬਿੱਲਾ ਬਿੱਲੇ ਤੋਂ ਮੁੜਦਾ ਆਉਂਦਾ ਬਰਵਾਲੇ ਵਾਲੇ ਰਸਤੇ ਨੂੰ ਉਹ ਪੰਚਕੂਲੇ ਵਾਲਾ ਦੂਜਾ ਰਸਤਾ ਆਉਣਾ ਕਿਹੜਾ ਆ ਉਹ ਇੱਕ ਤਾਂ ਬਰਵਾਲਾ ਇੱਕ ਹੋਰ ਕਿਹੜਾ ਆ ਨਰਾਇਣ ਕਿਹੜਾ ਲਾਣਾ ਬਣਦਾ ਕੀ ਆ ਅੱਜ ਤਾਂ ਪਿਕਚਰ ਸ਼ੁਰੂ ਹੋਈ ਹੈ ਲਾਸਟ ਸੀ ਉੱਥੇ ਮੂੰਗਾ ਟਿੱਬੀ ਅਤੇ ਆਹ ਰਸਤਾ ਇੱਧਰੋਂ ਹੈ ਇੱਥੋਂ ਫਿਰ ਲੈਫਟ ਆਹ ਸੜਕ ਆਉਂਦੀ ਸੀ ਹਾਈਵੇ ਤੋਂ ਆਹ ਇੱਥੇ ਆਹ ਚੀਜ਼ ਆਊਗੀ ਆਹ ਗੇਟ ਜਾਂ ਆਹ ਗੇਟ ਤੋਂ ਇੱਧਰ ਮੁੜ ਜਾਣਾ ਇਸ ਆਹ ਟਾਵਰ ਨੇੜੇ ਲੈਣ ਵਾਲਾ ਮਹਾਰਾਜ ਇਹ ਤਾਂ ਹਾਈਵੇ 'ਤੇ ਚੱਲੂਗਾ ਹੁਣ ਇੱਥੋਂ ਮੁੜਨਾ ਆਪਣੇ
ਬਾਲੂ ਬਾਨੂ ਬਾਨੂ ਮੁੜਨਾ ਆਹ ਹੀ ਆ ਗਿਆ ਆ ਮਿਲਟਰੀ ਏਰੀਆ ਆ ਗਿਆ ਇੱਥੇ ਮਿਲਟਰੀ ਵਾਲਾ ਆਈ ਟੀ ਬੀ ਪੀ ਵਾਲਾ ਦਾ ਆਈ ਟੀ ਬੀ ਪੀ ਵਾਲਾ ਦਾ ਯਾਦ ਰੱਖਿਓ ਆਈ ਟੀ ਬੀ ਪੀ ਵਾਲਾ ਤੋਂ ਇੱਕ ਕਿਲੋਮੀਟਰ ਅੱਗੇ ਜਾ ਕੇ ਖੱਬੇ ਹੱਥ ਮੋੜ ਮੁੜਦਾ ਜਾਂ ਪਹਿਲੀ ਸ਼ੈਡੋ ਆਉਂਦੇ ਹਾਂ ਆਪਾਂ ਆ ਗਿਆ ਆਈ ਟੀ ਬੀ ਪੀ ਵਾਲਾ ਦਾ ਡੇਢ ਕਿਲੋਮੀਟਰ ਬਿੱਲੇ ਨੂੰ ਸੜਕ ਮੁੜਦੀ ਹੈ ਬਿੱਲੇ ਨੂੰ ਬਿੱਲਾ ਨਹੀਂ ਖਾਊਗਾ ਉਹ ਤੋਂ ਨਾਲ ਮੁੜਦੀ ਹੈ ਆ ਗਿਆ ਬਾਈ ਰਾਮਗੜ੍ਹ ਰਾਮਗੜ੍ਹ ਵਾਲਾ ਪੁਲ ਆਉਂਦਾ ਇੱਥੇ ਉੱਥੋਂ ਪੁਲ ਦੇ ਨੀਚੋਂ ਲੰਘ ਕੇ ਨਾ ਸੱਜੇ ਪਾਸੇ ਮੁੜ ਕੇ ਸਿੱਧੀ ਸੜਕ ਜਾਂਦੀ ਆ ਬਿੱਲੇ ਨੂੰ ਫਿਰ ਬਿੱਲੇ ਤੋਂ ਖੱਬੇ ਹੋ ਜਾਣਾ ਫਿਰ ਕਿਸੇ ਤਾਂ ਗੁੰਗਾ ਟੀ ਵੀ ਜਾਂਦੇ ਹਾਂ ਬਾਈ ਠੀਕ ਹੈ ਤੁਸੀਂ ਰਾਮਗੜ੍ਹ ਸਰਚ ਕਰ ਲਿਓ ਸਿੱਧਾ ਅਤੇ ਕਿਸੇ ਹੋਰ ਪਾਸੇ ਆਉਂਦੇ ਹੋ ਪੰਚਕੂਲੇ ਸਿੱਧਾ ਜਾਂਦਾ ਡੇਰਾ ਬਸੀ ਇੱਧਰ ਮੁੜ ਜਾਵਾਂਗੇ ਆਪਾਂ ਖੱਬੇ ਹੱਥ ਸੱਜੇ ਪਾਸੇ ਮੁੜਦਾ ਆਪਾਂ ਆ ਸੱਜੇ ਪਾਸੇ ਮੁੜ ਜਾਣਾ ਆ ਜੇ ਡੇਰਾ ਬਸੀ ਚਲੀ ਗਈ ਸੜਕ ਅੰਬਾਲਾ ਡੇਰਾ ਬਸੀ ਭਾਈ ਡੀ ਕੈਥਲੋਨ 'ਚ ਆ ਗਏ ਕਹਿੰਦੇ ਗੱਡੀ ਡੀ ਕੈਥਲੋਨ ਦੇ ਵਿੱਚ ਲਾ ਛੱਡੀਏ ਬਾਜੀ ਬਾਈ ਕਹਿੰਦਾ ਇੱਧਰ ਲਾਓ ਕਰਿਆ ਅੰਬੂਤੀ ਨਾਲ ਲਾਏ ਪਹਿਲੀ ਸਾਈਡ ਬਹਿ ਕਰਕੇ ਸਿੱਧੀ ਕਰ ਲਿਆ
ਹਾਂ ਸ਼ੀਸ਼ਾ ਤਾਰ ਦੇ ਫਿਰ ਆਉਣਾ ਨਹੀਂ ਚੱਲ ਆਇਆ ਫਿਰ ਮਿੱਤਰਾ ਲਓ ਜੀ ਫਿਰ ਆਹ ਤਾਂ ਸੀਗਾ ਆਪਣਾ ਅੱਜ ਦਾ ਵਲੋਗ, ਅਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਜੀ, ਅਤੇ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਨਵੇਂ ਹੁਣੇ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ, ਤਾਂ ਕਿ ਸਾਡੀ ਜੋ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਜੀ, ਅਤੇ ਜੇ ਤੁਹਾਨੂੰ ਸਾਡੇ ਵਲੋਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਚੰਗਾ ਜੀ ਫਿਰ, ਸਤਿ ਸ਼੍ਰੀ ਅਕਾਲ, ਮਿਲਦੇ ਤੁਹਾਨੂੰ ਨੈਕਸਟ ਵੀਡੀਓ ਨੇ, ਹੱਸਦੇ ਵੱਜਦੇ ਰਹੋ, ਰੱਬ ਤਰੱਕੀਆਂ ਦੇ ਤੁਹਾਨੂੰ, ਚੰਗਾ ਜੀ ਫਿਰ, ਸਤਿ ਸ਼੍ਰੀ ਅਕਾਲ ਜੀ।